ਜਨਿਤ ਸੰਮਤੀ ਬੜੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ਨਾਲ ਜੁੜੀ ਹੋਈ ਹੈ। ਇਸੇ ਲੜੀ ਤਹਿਤ ਅੱਜ ਸੰਸਥਾ ਵੱਲੋਂ ਇੱਕ ਕੈਂਸਰ ਪੇਸ਼ੈਂਟ ਨੂੰ 25,000 ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਤੋਂ ਇਲਾਵਾ ਸੰਸਥਾ ਵੱਲੋਂ ਸ਼ਹਿਰ ਵਿੱਚ ਵੱਖ ਵੱਖ ਜਗ੍ਹਾ ਤੇ ਲਾਚਾਰ ਮਰੀਜ਼ਾਂ ਨੂੰ ਅਰਜਾਈਆਂ ਅਤੇ ਰਾਸ਼ਨ ਮੁਹੱਈਆ ਕਰਾਇਆ ਗਿਆ। ਸਰ, ਮੈਂ ਮਨੋਜ ਸ਼ਰਮਾ ਜਨਿਤ ਸੰਮਤੀ ਤੋਂ। ਮੇਰੇ ਨਾਲ ਆਰ ਕੇ ਬੰਸਲ ਜੀ ਬੈਠੇ ਹੈ, ਚਮਨ ਲਾਲ ਗਰਗ ਜੀ ਬੈਠੇ ਹੈ, ਸਾਡੇ ਛਾਵੜਾ ਜੀ ਬੈਠੇ ਹੈ, ਮੈਡਮ ਸਿੰਦਰ ਕੌਰ ਵਾਲੀਆ ਜੀ, ਬਜਿੰਦਰ ਜੀ ਪਲੱਸ ਜੋਸ਼ੀ ਜੀ। ਇੱਕ ਲੇਡੀ ਸੀ ਵਿਚਾਰੀ, ਉਹਦੇ ਰਸੋਲੀ ਸੀ ਪੇਟ ਦੇ ਵਿੱਚ, ਆਲਰੇਡੀ ਉਹਦੇ 2-3 ਓਪਰੇਸ਼ਨ ਹੋ ਚੁੱਕੇ ਸੀ। ਅਜੇ ਉਹਨੇ ਇਮੀਡੀਏਟਲੀ PGI 'ਚ ਓਪਰੇਸ਼ਨ ਕਰਾਉਣਾ ਸੀ। 25 ਸਾਲ ਦੀ ਉਮਰ ਹੈ, ਉਹਦੇ ਹਸਬੈਂਡ ਵਿਚਾਰੇ ਆਟੋ ਚਲਾਉਂਦੇ ਹੈ। ਉਹਨੂੰ ਅਸੀਂ 20,000 ਦਾ ਚੈੱਕ ਦਿੱਤਾ ਵੀ ਉਹਦਾ ਓਪਰੇਸ਼ਨ ਸਕਸੈਸਫੁਲ ਹੋ ਜਾਵੇ। ਪਰਮਾਤਮਾ ਅੱਗੇ ਰਿਕੁਐਸਟ ਕਰਦੇ ਹਾਂ ਉਹਦੀ ਸਿਹਤ ਠੀਕ ਰਹੇ। ਬੜੀ ਯੰਗ ਏਜ ਆ, ਅਤੇ ਅਸੀਂ ਸਾਰੇ ਡੋਨਰ ਨੂੰ ਰਿਕੁਐਸਟ ਕਰਦੇ ਹਾਂ ਜਿੰਨਾ ਸਾਨੂੰ ਤੁਸੀਂ ਅਮਾਊਂਟ ਡੋਨੇਟ ਕਰੋਗੇ ਉਹਨੂੰ ਬੜੀ ਅੱਛੀ ਤਰ੍ਹਾਂ ਅਸੀਂ ਯੂਜ਼ ਕਰਾਂਗੇ। ਜੋਸ਼ੀ ਜਨਿਤ ਤੋਂ, ਜਨਿਤ ਸੰਮਤੀ ਵੱਲੋਂ ਗਰੀਬ ਜਿਹੜੇ ਪੇਸ਼ੈਂਟ ਹੈ ਸਾਡੇ ਜਿਹੜੇ, ਉਹਨਾਂ ਨੂੰ ਅਸੀਂ ਮਤਲਬ ਰਜਾਈਆਂ ਮੁਹੱਈਆ ਕਰਾਈਆਂ ਅਤੇ ਰਾਸ਼ਨ ਮੁਹੱਈਆ ਕਰਾਇਆ ਜੀ। ਕਿੰਨੇ ਕੁ ਪੇਸ਼ੈਂਟ ਆ ਜਿਹਨਾਂ ਨੂੰ ਜਨਿਤ ਸੰਮਤੀ ਜਿਹੜੀ ਉਹ ਟੇਕ ਕੇਅਰ ਕਰ ਰਹੀ ਹੈ ਜੀ, ਜਾਂ ਲੋਕਾਂ ਦੀ ਕਿੰਨੀ ਕੁ ਜਿਹੜੇ ਹੋਰ ਕਿਹੜੇ ਕੰਮ ਚੱਲ ਰਹੇ ਨੇ ਜਨਿਤ ਸੰਮਤੀ? ਹੋਰ ਜਨਿਤ ਸੰਮਤੀ ਕਾਫੀ ਇਨਵਾਇਰਮੈਂਟ 'ਤੇ ਕੰਮ ਕਰ ਰਹੀ ਹੈ, ਮੈਡੀਕਲ 'ਤੇ ਕੰਮ ਕਰ ਰਹੀ ਹੈ, ਅਤੇ ਆਪਣੇ ਕਾਫੀ ਆਪਣੇ ਸਿਲਾਈ ਸੈਂਟਰ ਚੱਲ ਰਹੇ, ਆਪਣੇ ਕੰਪਿਊਟਰ ਸੈਂਟਰ ਚੱਲ ਰਹੇ ਹੈ, ਅਤੇ ਗਰੀਬ ਬੱਚਿਆਂ ਨੂੰ ਆਪਾਂ ਸਿਲਾਈ ਸਿਖਾ ਰਹੇ ਹਾਂ, ਕੰਪਿਊਟਰ ਸਿਖਾ ਰਹੇ ਹੈ, ਅਤੇ ਗਰੀਬਾਂ ਦੀ ਆਪਣਾ ਮੈਡੀਕਲ ਹੈਲਪ ਕਰ ਰਹੇ ਹੈ ਜੀ। ਅੱਜ ਜਨਹਿਤ ਸਮਿਤੀ ਵੱਲੋਂ ਵਿਨੋਦ ਸ਼ਰਮਾ ਜੀ ਦੀ ਰਹਿਨੁਮਾਈ 'ਚ ਇੱਕ ਮੈਡਮ ਆਏ ਸੀ, ਉਹਨਾਂ ਦੇ ਹਸਬੈਂਡ ਜਿੱਦਾਂ ਕਿ ਸ਼ਰਮਾ ਜੀ ਨੇ ਦੱਸਿਆ ਆਟੋ ਚਲਾਉਂਦੇ ਸੀ, ਔਰ ਉਹਨਾਂ ਦੀ ਸਰਜਰੀ ਹੋਣੀ ਹੈ। ਸੋ ਮੈਂ ਡੋਨਰਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸਾਡੇ ਪਟਿਆਲੇ ਸ਼ਹਿਰ ਦੇ ਵਿੱਚ ਮੈਨੂੰ ਇਸ ਗੱਲ 'ਤੇ ਬਹੁਤ ਫਖਰ ਮਹਿਸੂਸ ਹੁੰਦਾ ਕਿ ਬਹੁਤ ਡੋਨਰਸ ਬੈਠੇ ਹੈ। ਸਿਰਫ ਟ੍ਰਾਂਸਪੇਰੈਂਸੀ ਅਕਾਊਂਟ ਹਰ ਕੋਈ ਮੰਗਦਾ, ਅਗਰ ਸਾਡੇ ਕੋਲ ਹਿਸਾਬ ਕਿਤਾਬ ਸਹੀ ਆ, ਅਸੀਂ ਸਹੀ ਮਾਇਨੇ 'ਚ ਉਹਨਾਂ ਪੈਸਿਆਂ ਨੂੰ ਇਸਤੇਮਾਲ ਕਰ ਰਹੇ ਹਾਂ ਜ਼ਰੂਰਤਮੰਦਾਂ ਲਈ, ਤਾਂ ਦੇਣ ਵਾਲਿਆਂ ਦੀ ਕਮੀ ਨਹੀਂ ਹੈ। ਸ਼ਰਮਾ ਜੀ ਦਾ ਜਿਹੜਾ ਹੈ ਇੱਕ ਆਪਣਾ ਬਣਿਆ ਹੋਇਆ ਹੈ, ਇਹ ਜਨਹਿਤ ਸਮਿਤੀ ਵੀ ਦੇਖ ਰਹੇ ਹਾਂ, ਹੁਣੇ ਜਿਮਖਾਨਾ ਕਲੱਬ ਦੇ ਵੀ ਸੈਕਟਰੀ ਬਣ ਗਏ ਹੈ। ਸੋ ਜ਼ਿੰਮੇਵਾਰੀਆਂ ਡਬਲ ਆ ਗਈਆਂ ਇਹਨਾਂ 'ਤੇ, ਪਰ ਇਹਨਾਂ ਨੇ ਆਪਣੀ ਇਹ ਜਿਹੜੀ ਸੇਵਾ ਭਾਵਨਾ ਇਹਨੂੰ ਬਰਕਰਾਰ ਰੱਖਿਆ। ਔਰ ਮੈਂ ਬੇਨਤੀ ਕਰਾਂਗੀ ਕਿ ਵੱਧ ਤੋਂ ਵੱਧ ਜੋ ਤੁਸੀਂ ਸਹਿਯੋਗ ਦਿੰਦੇ ਹੋ, ਤੁਹਾਡਾ ਇੱਕ ਇੱਕ ਪੈਸਾ ਜਿਹੜਾ ਉਹ ਸਕਾਰਥਾ ਜਾਂਦਾ, ਉਹ ਜ਼ਰੂਰਤਮੰਦਾਂ 'ਤੇ ਖਰਚਿਆ ਜਾਂਦਾ। ਸੋ ਪਲੀਜ਼, ਕੋਈ ਬੱਚੇ ਦਾ ਜਨਮਦਿਨ ਹੈ, ਤੁਹਾਡੀ ਐਨਵਰਸਰੀ ਹੈ, ਘਰ 'ਚ ਕੋਈ ਵੀ ਖੁਸ਼ੀ ਗਮੀ ਹੈ, ਤਾਂ ਥੋੜ੍ਹਾ ਬਹੁਤ ਇਹਨਾਂ ਪਰਿਵਾਰਾਂ ਲਈ ਜ਼ਰੂਰ ਕੱਢੋ ਤਾਂ ਕਿ ਮਦਦ ਹੋ ਸਕੇ। ਔਰ ਕਿਉਂਕਿ ਮਹਿੰਗਾਈ ਬਹੁਤ ਹੈ, ਕੋਵਿਡ ਕਰਕੇ ਦੁਬਾਰਾ ਕੋਵਿਡ ਨੇ ਜਿਵੇਂ ਅਟੈਕ ਕਰਤਾ, ਸੋ ਨੌਕਰੀਆਂ ਜਾ ਰਹੀਆਂ, ਬੱਚਿਆਂ ਕੋਲ ਕੰਮ ਨਹੀਂ ਹੈ, ਰੁਜ਼ਗਾਰ ਨਹੀਂ ਹੈ। ਸੋ ਉਹਨਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝੋ ਔਰ ਵੱਧ ਤੋਂ ਵੱਧ ਮਦਦ।